ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਫਿਰ ਨਵੀਂ ਸਵੇਰ ਵਿਦ ਨਵੇਂ ਵਲੋਗ ਨਾਲ। ਅੱਜ ਚੱਲਦੇ ਹਾਂ ਬਾਹਰ, ਫਿਰ ਘੁੰਮਣ ਫਿਰਨ, ਕੈਫੇ ਕੂਫੇ ਚੱਲੀਏ। ਅੱਜ ਫਿਰ ਅੱਜ ਅਸੀਂ ਬਾਈ ਹੋਣਾ ਦੀ ਛੁੱਟੀ, ਅਤੇ ਫਿਰ ਹੁਣ ਆਉਂਦੇ ਨੇ ਕਿ ਆਪਾਂ ਕਿਤੇ ਘੁੰਮ ਫਿਰ ਕੇ ਆਉਂਦੇ ਹਾਂ, ਅਤੇ ਹੁਣ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦਾ ਅੱਜ ਕਿੱਥੇ ਕਿੱਥੇ ਜਾਂਦੇ ਹਾਂ ਅਤੇ ਕੀ ਕਰਨੇ ਆ। ਲੋ ਜੀ ਪਹੁੰਚ ਗਏ ਰੋਇਲ ਪਾਨ ਪੰਜਾਬੀਆਂ ਨੇ ਤੇ ਕੈਫੇ ਦੇ। ਪਹਿਲਾਂ ਆਪਾਂ ਇੱਧਰ ਹੀ ਆ ਗਏ ਹੁਣ, ਕਿਉਂਕਿ ਕਹਿੰਦੇ ਇੱਧਰ ਭੁੱਖ ਲੱਗੀ। ਪਹਿਲਾਂ ਹੁਣ ਦੇਖੋ ਕੀ ਆਪਾਂ ਮਿਲ ਸਕਦਾ ਤੇ ਕੀ ਆਪਾਂ ਆਰਡਰ ਕਰਾਂਗੇ। ਲੋ ਜੀ ਇਹ ਤੇ ਖਲਵਾਉਣ ਲੱਗਣੇ ਬੋਤਲਾਂ। ਵੈਸੇ ਇਹ ਰੈਸਟੋਰੈਂਟ ਦੀ ਖਾਸੀਅਤ ਇਹ ਵੀ ਕਿ ਇੱਥੇ ਹਰ ਤਰ੍ਹਾਂ ਦਾ ਫੂਡ ਮਿਲ ਜਾਂਦਾ ਹੈ, ਚਾਈਨੀਜ਼, ਜੈਪਨੀਜ਼, ਇੰਡੀਅਨ ਫੂਡ, ਅਤੇ ਸਪਾਈਸੀ ਵੀ ਹੁੰਦਾ, ਮਤਲਬ ਕਿ ਅਲੱਗ ਅਲੱਗ ਆਪਣਾ ਟੇਸਟ। ਮਿੱਠੇ 'ਚ ਆਪਾਂ ਜੋ ਮਰਜ਼ੀ ਲੈ ਸਕਦੇ ਹਾਂ, ਕੁਲਫੀ, ਚਪਾਤੀ, ਸਭ ਕੁਛ ਵਗੈਰਾ ਹੈਗਾ ਇਹ 'ਚ। ਰੋਇਲ ਲੱਸੀ ਉਹ ਦੇਖੋ, ਕੇਸਰ ਬਦਾਮ, ਵਧੀਆ ਰੈਸਟੋਰੈਂਟ। ਬਾਕੀ ਥੋੜ੍ਹਾ ਹੈ ਤਾਂ ਭੀੜਾ ਜਿਹਾ ਹੀ ਹੈ, ਪਰ ਚਲੋ ਟੇਸਟ ਇੰਨੇ ਹੁਣ ਕਿਵੇਂ ਦਾ। ਇਹ ਲੈ ਆਉਂਦੇ ਨੇ ਪੈਂਟਾਂ 'ਚ ਪਾਈਨਐਪਲ ਵਾਲਾ ਫਲੇਵਰ, ਇਹ ਕਿਹੜਾ ਕਿਹੜਾ ਹੈ, ਲਾਈਮ, ਪਾਈਨਐਪਲ, ਅਤੇ ਇਹ ਵੀ ਪਾਈਨਐਪਲ ਹੈ। ਚਲੋ ਹੁਣ ਆਪਾਂ ਮੰਗਾ ਲਏ ਨੇ ਬਰਗਰ ਚੌਮੀ ਨਾਲੇ ਅਤੇ ਵਿੱਚ ਪਨੀਰ, ਅਤੇ ਆਹ ਚਿਪਸ ਆਪਾਂ ਨੂੰ ਨਾਲ ਫ੍ਰੀ ਮਿਲੇ ਨੇ। ਲੱਗਣ 'ਤੇ ਕੁਆਂਟਿਟੀ ਵਾਹਵਾ ਸੀ ਬਰਗਰਾਂ ਦੀ, ਬਾਕੀ ਖਾ ਕੇ ਬਲ ਗਿਆ ਟੇਸਟ ਕਿਵੇਂ ਦਾ ਸੀ। ਆਹ ਨਾਲ ਪਾਣ ਪੂਣ ਦਾ ਸਿਸਟਮ ਰੱਖਿਆ ਸਾਰਾ, ਕਿਉਂਕਿ ਨਾਮ ਹੀ ਰੈਸਟੋਰੈਂਟ ਦਾ ਨਾਮ ਹੀ ਪਾਣ ਤੋਂ ਵੱਜਦਾ, ਅਤੇ ਫਿਰ ਪਾਣ ਪੂਣ ਤਾਂ ਹੋਏਗਾ ਹੀ ਸਾਰਾ ਕੁਛ। ਫਿਰ ਹੁਣ ਆਪਾਂ ਕਰ ਲਈ ਵਾਪਸੀ, ਅਤੇ ਹੁਣ ਵਹਿੰਦੇ ਹਾਂ ਅੱਗੇ ਦਾ ਰੂਟ ਕਿੱਥੇ ਜਾਣਾ। ਉਹ ਥੋੜ੍ਹੀ ਜਿਹੀ ਗਰੋਸਰੀ ਦੀ ਕਰਨੀ ਸੀ, ਅਤੇ ਆਹ ਤੁਸੀਂ ਵੇਖੋ ਪਹਿਲਾਂ ਕਸ਼ਮੀਰੀ ਪਾਣ, ਤੇਰੇ ਮੇਰੇ ਬੀਚ ਮੇਂ ਖਾ ਕੇ ਪਾਣ ਬਨਾਰਸ ਵਾਲਾ, ਅਲੱਗ ਅਲੱਗ ਨਾਮ ਲਿਖੇ ਨੇ ਇੱਥੇ। ਚੰਗਾ ਵੀ ਰੋਇਲ ਪਾਣ ਵਾਲੇ ਹੋ, ਪੰਜਾਬੀ ਪਾਣ ਵਾਸਤੇ ਜ਼ਿਆਦਾ ਮਸ਼ਹੂਰ ਹੈ, ਪਾਣ ਖਾਣ ਵਾਲੇ ਵੀ ਜ਼ਿਆਦਾ ਹੁੰਦੇ ਨੇ ਇੱਥੇ। ਬਟ ਉਂਝ ਵੀ ਖਾਣਾ ਸਵਾਦ ਸੀ, ਕਾਫੀ ਖਾਣਾ ਸਵਾਦ ਸੀ ਬਾਈ। ਹੁਣ ਵੇਖਦੇ ਹਾਂ ਅੱਗੇ ਕਿੱਧਰ ਜਾਣਾ, ਗੱਡੀ ਵਿੱਚ ਸਵਾਰ ਹੋ ਚੱਲੇ ਹਾਂ, ਫਿਰ ਅਗਲੀ ਡੈਸਟੀਨੇਸ਼ਨ 'ਤੇ ਪਹੁੰਚਣੇ ਹੁਣ। ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਕੱਦੂ ਲੈਣ, ਕੱਦੂ ਲੱਭਣ ਨਹੀਂ ਦਿਆ, ਅਤੇ ਦੋ ਬੰਦੇ ਪਹਿਲਾਂ ਘੁੰਮਦੇ ਨੇ। ਆਵੇ ਬਤਾਵ ਕੱਦੂ ਲੱਭ ਗਿਆ, ਭਰਾਵਾਂ ਲੱਭੀ ਜਾਂਦੇ ਆ, ਲੱਭਣ ਦੇ ਆ। ਮੈਂ ਉੱਧਰ ਤਾਂ ਕੋਈ ਨਹੀਂ ਹੋਣਾ, ਹੋਣਾ ਸਬਜ਼ੀਆਂ ਇੱਧਰ ਹੀ ਨੇ ਸਾਰੀਆਂ, ਕੋਈ ਨਹੀਂ ਹੈਗਾ। ਲਓ ਵੀ ਕੱਦੂ ਕੋਈ ਨਹੀਂ ਮਿਲਿਆ, ਸੋ ਸੈਡ। ਹੁਣ ਫਿਰ ਕੋਈ ਲੈਣੀ ਸਬਜ਼ੀ ਹੋਰ, ਕੱਦੂ ਤਾਂ ਨਹੀਂ ਮਿਲਿਆ। ਆਹ ਸੱਚ ਬ੍ਰੈਡ ਵੀ ਲੈ, ਬ੍ਰੈਡ ਵੀ ਲੈਣੇ ਨੇ, ਇਹ ਵੀ ਪੁਆਇੰਟ ਹੈ। ਚੱਲੀਏ ਫਿਰ ਇੱਥੇ ਕੁਛ ਨਹੀਂ, ਚੱਲੀਏ ਇੱਥੋਂ। ਲੋ ਵੀ ਇੱਥੋਂ ਕੱਦੂ ਤਾਂ ਮਿਲਿਆ ਨਹੀਂ, ਫਿਰ ਹੁਣ ਨਿਕਲ ਲੱਗੇ ਹਾਂ ਵਾਪਸ। ਆਹ ਫੂਡ ਬੇਸਿਕ ਵਾਲਿਆਂ ਤੋਂ ਕੁਛ ਮਿਲਿਆ ਨਹੀਂ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਉੱਥੇ ਵਹਿੰਦੇ ਹਾਂ। ਕੱਦੂ ਮਿਲਦੇ ਨਹੀਂ, ਪਰ ਕੱਦੂ ਲੈ ਕੇ ਜਾਣਾ ਅੱਜ। ਲੋ ਜੀ ਪਹੁੰਚ ਗਏ ਫਰੈਸ਼ਕੋ, ਹੁਣ ਇੱਥੇ ਵਹਿੰਦੇ ਆਪਾਂ ਨੂੰ ਕੱਦੂ ਮਿਲਦਾ ਨਹੀਂ ਮਿਲਦਾ, ਕੱਦੂ ਪਿੱਛੇ ਕਿੱਥੇ ਕਿੱਥੇ ਘੁੰਮਣਾ ਪੈ ਜਾਂਦਾ ਸਾਨੂੰ। ਆਖਿਰਕਾਰ ਮਿਲ ਗਏ ਕੱਦੂ, ਇੱਥੇ ਵੀ ਸਾਰੀ ਸਬਜ਼ੀਆਂ ਨੇ, ਇੱਥੇ ਹਰ ਚੀਜ਼ ਮਿਲ ਜਾਂਦੀ ਹੈ। ਕੱਦੂ ਲੋਕ ਇੱਕ ਕੱਦੂ 'ਚ ਲੈ ਲਿਆ, ਅਤੇ ਹੁਣ ਇੱਕ ਬ੍ਰੈਡ ਦਾ ਪੈਕਟ ਲੈ ਲਈਏ, ਉਹ ਵੀ ਲੈਣਾ ਸੀ। ਬਰਾਊਨ ਬ੍ਰੈਡ ਚੋਕਲੇ ਨੇ, ਅਤੇ ਹੁਣ ਚੱਲੀਏ। ਪਹੁੰਚ ਗਏ ਘਰ, ਅਤੇ ਅੱਜ ਮੌਸਮ ਬੜਾ ਸੋਹਣਾ ਬਣਿਆ, ਮੌਸਮ ਦੇਖੋ ਤੁਸੀਂ, ਮੌਸਮ ਰੋਜ਼ ਇੱਥੇ ਸਾਫ਼ ਹੁੰਦਾ, ਬਟ ਕਈ ਵਾਰ ਇੱਥੇ ਬਰਫ਼ ਜ਼ਿਆਦਾ ਪੈਣ ਕਰਕੇ, ਜਿਹਨੂੰ ਸਨੋਅ ਵੀ ਕਹਿ ਦਿੰਦੇ ਹਾਂ,
ਤੇ ਉਦੋਂ ਥੋੜ੍ਹਾ ਜਿਹਾ ਠੰਡ ਵੀ ਜ਼ਿਆਦਾ ਹੁੰਦੀ ਬਟ ਕਈ ਕਈ ਵਾਰ ਤਾਂ ਮੌਸਮ ਬੜਾ ਸਾਫ਼ ਹੁੰਦਾ ਹੈ ਹੁਣ ਜਿਵੇਂ ਮਿੱਠੀ ਮਿੱਠੀ ਹਵਾ ਚੱਲਣ ਦੀ ਹੈ ਅਤੇ ਬਾਕੀ ਨਾ ਗਰਮੀ ਨਾ ਠੰਡ ਜ਼ਿਆਦਾ ਅਤੇ ਹੁਣ ਆਪਾਂ ਘਰ ਬਹੀਏ ਟਾਈਮ ਹੋ ਗਿਆ 4:10 ਕਰ ਲਈਏ ਰੈਸਟ ਅਤੇ ਫਿਰ ਆਪਾਂ ਸ਼ਾਮ ਨੂੰ ਜਾਵਾਂਗੇ ਬੋਲ ਬੂਲ ਖੇਡਣ ਅਤੇ ਹੁਣ ਰੈਸਟ ਕਰ ਲਈਏ ਹੁਣ ਸਿੱਧਾ ਆਪਾਂ ਬੋਲ ਵਾਲੇ ਮਿਲਾਂਗੇ ਆਹ ਲਓ ਜੀ ਬੂਟ ਆਪਾਂ ਪਾ ਲਏ ਨੇ ਬੂਟ ਪਹਿਲਾਂ ਲੈਣੇ ਪੈਂਦੇ ਨੇ ਫਿਰ ਹੀ ਖੇਡਣਾ ਪੈਂਦਾ ਕਿਉਂਕਿ ਬਾਕੀ ਜੇ ਬੂਟ ਨਾ ਪਏ ਫਿਰ ਤਿਲਸ ਜਾਂਦਾ ਬੰਦਾ ਫਿਰ ਬੰਦੇ ਪੂਰੇ ਰੈਡੀ ਨੇ ਇੱਥੇ ਬਾਈ ਜੀ ਨਾਮ ਲਿਖਦੇ ਨੇ ਤਾਂ ਕਿ ਵਾਰੀ ਸਿਰ ਨਾਮ ਆਉਂਦੇ ਰਹਿਣ ਸਕਰੀਨ 'ਤੇ ਇਕੱਲੇ ਇਕੱਲੇ ਦੇ ਨਾਮ ਨਾਮ ਸੇਵ ਕਰਕੇ ਤਾਂ ਫਿਰ ਆਪਾਂ ਗੇਮ ਸ਼ੁਰੂ ਕਰਾਂਗੇ ਇੱਕ ਘੰਟੇ ਦਾ ਲਿਆ ਸੀ ਇੱਕ ਘੰਟੇ 'ਤੇ $80 ਭਰੇ ਸਨ ਚਾਰ ਬੰਦੇ ਆ ਦੇਖੋ ਪਹਿਲਾਂ ਤਾਂ ਖੇਡਣੀ ਹੁੰਦੀ ਨਹੀਂ ਸੀ ਬਟ ਹੌਲੀ ਹੌਲੀ ਜਾਚ ਆਈ ਗਈ ਆ ਬਾਈ ਜੀ ਹੁਣੀ ਕਹਿੰਦੇ ਸੀ ਸ਼ੁਰੂ ਕਰਨੇ ਆ ਗੇਮ ਅਤੇ ਦੇਖੋ ਫਿਰ ਕੋਈ ਨਹੀਂ ਨਵੇਂ ਕਈ ਵਾਰ ਹੋ ਜਾਂਦਾ ਇੱਕਦਮ ਮਿਸ ਹੋ ਜਾਂਦਾ ਕਈ ਵਾਰ ਬਾਈ ਜੀ ਕਹਿੰਦੇ ਅਸੀਂ ਇੱਕ ਹੋਰ ਟਰਾਈ ਕਰ ਲਈਏ ਚਲੋ ਕੋਈ ਗੱਲ ਨਹੀਂ ਇੱਕ ਤਾਂ ਡਿੱਗੀ ਹੈ ਹੁਣ ਜਸ ਬਾਈ ਕਹਿੰਦੇ ਹੁਣ ਸਾਡੀ ਵਾਰੀ ਕਹਿੰਦੇ ਪਿੱਛੇ ਹਟ ਜਾਓ ਹੁਣ ਸਾਡੀ ਵਾਰੀ ਆ ਗਈ ਅਤੇ ਇਹਨਾਂ ਨੇ ਵੀ ਇੱਕ ਡੇਗ ਹੀ ਦਿੱਤਾ ਹੌਲੀ ਹੌਲੀ ਵੱਧ ਰਹੇ ਨੇ ਪੁਆਇੰਟ ਵੱਲ ਉੱਤੇ ਪੁਆਇੰਟ ਵੀ ਆਉਂਦੇ ਪਏ ਸਨ ਸਕਰੀਨ ਦੇ ਉੱਤੇ ਜਿਵੇਂ ਜਿਵੇਂ ਵੱਧ ਰਹੇ ਸਨ ਇਹ ਨਿਸ਼ਾਨਾ ਲੱਗਾ ਹਾਂ ਇਹ ਨਿਸ਼ਾਨਾ ਲੱਗ ਗਿਆ ਓ ਯੈਸ ਆਪਾਂ ਫਿਰ ਮੈਨਿਊ ਵੇਖ ਲਿਆ ਅਤੇ ਮੈਨਿਊ ਦੇ ਵਿੱਚ ਆਪਾਂ ਕਰ ਲਏ ਔਡਰ ਮੈਨਿਊ ਦੇ ਵਿੱਚ ਅਲੱਗ ਅਲੱਗ ਵਰਾਇਟੀਆਂ ਸਨ ਵਾਈਨ ਸੀ ਸ਼ਰਾਬ ਸ਼ਰੂਬ ਸਾਰਾ ਕੁਛ ਹੈਗਾ ਸੀ ਬਾਕੀ ਖਾਣ ਪੀਣ ਦਾ ਵੀ ਸਮਾਨ ਸਾਰਾ ਕੁਛ ਹੈਗਾ ਸੀ ਕਿਉਂਕਿ ਸ਼ਰਾਬ ਤਾਂ ਕਰਕੇ ਬਾਹਰ ਸੀ ਨਾਲ ਅਤੇ ਖਾਣ ਪੀਣ ਦਾ ਵੀ ਸਿਸਟਮ ਸਾਰਾ ਹੈਗਾ ਸੀ ਜਿਵੇਂ ਆਹ ਫਰੈਂਚ ਫਰਾਈਜ਼ ਹੋ ਗਏ ਹੋਰ ਵੀ ਸਿਸਟਮਸ ਹੈਗਾ ਸੀ ਫਿਰ ਆਪਾਂ ਤਾਂ ਨਾਲ ਮੰਗਾ ਲਿਆ ਜੂਸ ਅਤੇ ਨਾਲ ਫਰੈਂਚ ਫਰਾਈਜ਼ ਮੰਗਾ ਲਏ ਸਨ ਅਤੇ ਔਡਰ ਦੇ ਤਾ ਸੀ ਅਤੇ ਗੇਮ ਦੇ ਪੁਆਇੰਟਾਂ ਦੇ ਹਿਸਾਬ ਨਾਲ ਆਪਾਂ ਚੱਲ ਰਹੇ ਸਾਂ ਵਿਰਕ ਗਿੱਲ ਅਤੇ ਟੂਰ ਅਤੇ ਜਸ ਬਾਈ ਲੱਗੇ ਹਨ ਆ ਗਿਆ ਆਪਣਾ ਹਾਫ ਔਡਰ ਫਰੈਂਚ ਫਰਾਈਜ਼ ਅਤੇ ਕਰੀਮਾਂ ਕਰੂਮਾਂ ਆ ਗਈਆਂ ਨੇ ਅਤੇ ਹੁਣ ਆਪਣਾ ਜੂਸ ਅਜਾਇਆ ਨਹੀਂ ਸੀ ਅਤੇ ਟੂਰ ਬਾਈ ਕਹਿੰਦੇ ਕਿ ਅਸੀਂ ਪਹਿਲਾਂ ਬੋਲ ਖੇਡੀਏ ਅਤੇ ਉਹ ਸੋ ਮਿਸ ਹੋ ਗਿਆ ਬਟ ਨੈਕਸਟ ਵਾਰੀ ਜ਼ਰੂਰ ਆਏਗੀ ਬਟ ਕਹਿੰਦੇ ਕਿ ਅੱਜ ਤਾਂ ਸਾਰੀਆਂ ਬੋਲਾਂ ਡੇਕ ਹੀ ਜਾਣੀਆਂ ਨੇ ਅਤੇ ਪੂਰਾ ਕਹਿ ਇੱਥੇ ਆਪਣਾ ਜੂਸ ਆ ਗਿਆ ਅਤੇ ਐਨਰਜੀ ਹੋਰ ਵੀ ਵੱਧ ਗਈ ਅਤੇ ਗਿੱਲ ਬਾਈ ਆਉਂਦੇ ਅਸੀਂ ਵੀ ਹੁਣ ਸਾਰੀਆਂ ਡੇਕ ਹੀ ਜਾਣਾ ਬਟ ਕਿਸੇ ਸਾਥ ਨਹੀਂ ਦੇਣ ਦੀ ਸੀ ਜੀ ਫਿਰ ਅਸੀਂ ਵੀ ਲਾ ਕੇ ਬੋਲਾਂ ਖੇਡਣ ਅਤੇ ਨਿਸ਼ਾਨਾ ਮਾਰਿਆ ਅਤੇ ਨਿਸ਼ਾਨਾ ਕਾਫੀ ਸਿੱਧਾ ਸੀ ਇੱਕਾ ਦੂਜੀ ਵਾਰ ਫਿਰ ਮਾਰਿਆ ਇਹ ਵੀ ਡਿੱਗ ਗਈਆਂ ਹੁਣ ਕਰਾਉਣ ਗਿਆ ਬੂਟ ਜਮਾਂ ਅਤੇ ਫਿਰ ਆਪਾਂ ਲੈਣੇ ਹੁਣ ਪੂਲ ਖੇਡਾਂਗੇ ਲਓ ਵੀ ਮਿੱਤਰੋ ਇੱਥੇ ਹੁਣ ਗਈ ਪਾਰਟੀ ਸਟਾਰਟ ਅਤੇ ਫਿਰ ਤੁਹਾਨੂੰ 8:30 ਤੋਂ ਬਾਅਦ ਹੀ ਤੁਹਾਨੂੰ ਖੇਡ ਦੇਵਾਂਗੇ ਪੂਲ ਹੁਣ ਤੁਹਾਨੂੰ ਵਿਖਾ ਦਿੰਦਾ ਆਹ ਪੂਲ ਜੇ ਬਟ ਪਾਰਟੀ ਸਟਾਰਟ ਹੋਣ ਵਾਲੀ ਹੈ ਉਹ ਵੇਖੋ ਅੱਗੇ ਡੀਜੇ ਡੂਜੇ ਦਾ ਵੀ ਕੰਮ ਸੈੱਟ ਕੀਤਾ ਇਹਨਾਂ ਨੇ ਅਤੇ ਆਪਾਂ ਹੁਣ ਰਹਿੰਦੇ ਹਾਂ ਕੀ ਕਰਨਾ ਸ਼ਹਿਰ 'ਚ ਜਾਵਾਂਗੇ ਇੱਥੋਂ ਬਾਕੀ ਆਹ ਨਾਲ ਬਾਹਰ ਹੈ ਡਰਿੰਕ ਵੈਲ ਲੋ ਵੀ ਮਿੱਤਰੋ ਪੂਲ 'ਤੇ ਆਪਾਂ ਫਿਰ ਖੇਡਿਆ ਨਹੀਂ ਅਤੇ ਕਿਉਂਕਿ ਪਾਰਟੀ ਕਰਕੇ ਫਿਰ ਕੈਂਸਲ ਕਰਤਾ ਅਤੇ ਹੁਣ ਆਪਾਂ ਪਾ ਲੈਂਦੇ ਘਰ ਨੂੰ ਚਾਲੇ ਗੱਡੀ ਸਟਾਰਟ ਹੈ ਅਤੇ ਧੰਨਵਾਦ ਵੀਡੀਓ ਵੇਖਣ ਵਾਸਤੇ ਅਤੇ ਐਵੇਂ ਜੁੜੇ ਰਹੋ ਨਵੀਂ ਨਵੀਂ ਵੀਡੀਓ ਵੇਖਣ ਵਾਸਤੇ ਧੰਨਵਾਦ ਜੀ।